ਵਧੀਆ। ਮੈਂ 1.5 ਸਾਲ ਬਾਅਦ ਆਲਮੋਸਟ ਆਇਆ ਹਾਂ ਕਿਉਂਕਿ ਸਾਡੇ ਲੰਬੇ ਕੈਂਪ ਚੱਲ ਰਹੇ ਸੀ ਓਲੰਪਿਕ ਦੀ ਤਿਆਰੀ ਦੇ ਲਈ, ਔਰ ਆਪਣੇ ਲੋਕਾਂ ਵਿੱਚ ਜਾ ਕੇ ਬਹੁਤ ਵਧੀਆ ਲੱਗ ਰਿਹਾ। ਔਫਕੋਰਸ ਹਰ ਪਲੇਅਰ ਦੇ ਲਈ ਇੱਕ ਬਹੁਤ ਸੰਘਰਸ਼ ਹੁੰਦਾ ਹੈ ਆਫ ਦਾ ਫੀਲਡ, ਔਨ ਦਾ ਫੀਲਡ, ਪੇਰੈਂਟਸ ਤੋਂ ਦੂਰ ਰਹਿਣਾ। ਓਲੰਪਿਕ ਦੀ ਤਿਆਰੀ ਇੱਕ ਸਭ ਤੋਂ ਵਨ ਆਫ ਦਾ ਟਫੈਸਟ ਟੂਰਨਾਮੈਂਟ ਆ, ਉਹਦੀ ਤਿਆਰੀ ਬਹੁਤ ਟਫ ਕਰਨੀ ਪੈਂਦੀ ਆ। ਈਵਨ ਹਿਊਮਿਡਿਟੀ ਸੀ ਗਰਮੀ ਦੀ ਤਿਆਰੀ ਹੋਰ ਟਫ ਹੁੰਦੀ ਆ। ਸੋ ਕਾਫੀ ਟਫ ਸੀ, ਲੇਕਿਨ ਜਦ ਅਸੀਂ ਰਿਜ਼ਲਟ ਲੈ ਕੇ ਆਏ ਹਾਂ ਉਸ ਤੋਂ ਅਸੀਂ ਸੈਟਿਸਫਾਈ ਹਾਂ। ਫਿਰ ਸਰ ਕੋਈ ਨਹੀਂ, ਅਗਰ ਕਿਸੇ ਦੇ ਵੀ ਮੇਰੇ ਜਾਂ ਕਿਸੇ ਦੇ ਰਹਿਣਾ ਕੋਚਿਸ ਦਾ ਡਿਸੀਜਨ ਹੁੰਦਾ ਆ, ਅਤੇ ਮੈਂ ਸਮਝਦਾ ਇਹ ਟੀਮ ਗੇਮ ਆ। ਟੀਮ ਗੇਮ 'ਚ ਕਿਸੇ ਇੱਕ ਇੱਕ ਪਲੇਅਰ ਦੀ ਜੋ ਪਰਫੋਰਮੈਂਸ ਉਹ ਕਾਊਂਟ ਨਹੀਂ ਕਰਦੀ, ਟੀਮ ਗੇਮ ਆ। ਟੀਮ ਅੱਗੇ ਟੀਮ ਦਾ ਕੀ ਨਿਸ਼ਾਨਾ ਹੈਗਾ? ਅਪਕਮਿੰਗ ਸਰ ਸਾਡੇ ਮੇਜਰ ਟੂਰਨਾਮੈਂਟਸ ਆ ਰਹੇ ਆ, ਕਾਮਨਵੈਲਥ ਏਸ਼ੀਅਨ ਗੇਮਸ, ਓਲੰਪਿਕ, ਵਰਲਡ ਕੱਪ, ਸਾਡਾ ਟੀਚਾ ਹੋਇਆ ਉਹਨਾਂ 'ਚ ਮੈਡਲ ਲੈ ਕੇ ਆਉਣਾ। ਸਰ ਇਹ ਹੈ ਕਿ ਜਿਹੜੇ ਸਾਡੇ ਫਾਰਵਰਡ ਲਾਈਨ 'ਚ ਮੋਸਟਲੀ ਪਲੇਅਰ ਜਿਹੜੇ ਆ ਪੰਜਾਬੀ ਖੇਲਦੇ ਆ, ਤਾਂ ਉਹਨਾਂ ਨੂੰ ਓਪਰਚੁਨਿਟੀ ਜ਼ਿਆਦਾ ਮਿਲੀ ਆ। ਉਹਨਾਂ ਨੂੰ ਜਿਹੜੇ ਪਾਸਿਸ ਆਏ ਨੇ ਉਹ ਮਿਡਫੀਲਡ ਦੇ ਥਰੂ ਆਏ ਨੇ, ਅਤੇ ਉਹ ਮਿਡਫੀਲਡ ਦੇ ਥਰੂ ਸਾਡੇ ਅਦਰ ਸਟੇਟਸ ਦੇ ਪਲੇਅਰ ਨੇ, ਤੋ ਇਹ ਸਾਰਾ ਕ੍ਰੈਡਿਟ ਉਹਨਾਂ ਨੂੰ ਜਾਂਦਾ ਹੈ। ਮਨ ਸਰ ਕੁਛ ਨਹੀਂ, ਜੋ ਵੀ ਅਸੀਂ ਟੈਕਟਿਸ ਟੈਕਨੀਕਲ ਗੱਲਾਂ ਮੀਟਿੰਗ 'ਚ ਕਰਦੇ ਹਾਂ, ਜਸਟ ਟੂ ਦੀ ਪਲੈਨ ਸਟਿਕ ਰਹਿਣਾ ਆ, ਦੈਟਸ ਆਲ ਸਰ। ਕੋਈ ਐਕਸਟਰਾਆਰਡੀਨਰੀ ਇਹ ਕਿ ਹਾਕੀ ਜਾਂ ਕਿਸੇ ਵੀ ਸਪੀਡ ਸਪੋਰਟਸ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜੋ, ਔਰ ਆਪਣਾ ਪੰਜਾਬ ਦਾ ਬਟਾਲੇ ਦਾ ਨਾਮ। ਇਹ ਸਰ ਇੱਦਾਂ ਜੀ, ਇਹ ਚੀਜ਼ ਤਾਂ ਇੱਕ ਪਲੇਅਰ ਹੀ ਜਾਣ ਸਕਦਾ, ਕਿਉਂਕਿ ਬੀਇੰਗ ਪਲੇਅਰ ਹੋਣ ਦੇ ਨਾਤੇ ਮੈਨੂੰ ਇੰਨੀ ਖੁਸ਼ੀ ਆ, ਕਿਉਂਕਿ ਜਿਹੜੀਆਂ ਚੀਜ਼ਾਂ ਦੀ ਆਪਾਂ ਨਹੀਂ ਕਰ ਸਕੇ, ਜਿਹੜੀਆਂ ਇਸੋ ਤੱਕ ਨਹੀਂ ਪਹੁੰਚ ਸਕੇ, ਅਤੇ ਉਹ ਚੀਜ਼ ਨੂੰ ਸਾਡੇ ਛੋਟੇ ਵੀਰ ਜਿਹੜੇ ਸਿਮਰਨ ਨੇ ਪੂਰਾ ਕੀਤਾ, ਔਰ ਇਹ ਮੈਂ ਸਮਝਦਾ ਵੀ ਇਹ ਮੈਂ ਹੀ ਮੈਡਲ ਜਿੱਤਿਆ ਜਿੱਦਾਂ। ਸੋ ਬੜੀ ਖੁਸ਼ੀ ਆ, ਸਾਡੇ ਬਟਾਲੇ ਦੀ ਧਰਤੀ ਜਿਹੜੀ ਆ ਬਹੁਤ ਹੀ ਵਧੀਆ, ਗੁਰੂ ਨਾਨਕ ਸਾਹਿਬ ਦੇ ਚਰਨ ਛੋਹ ਅਤੇ ਹੋਰ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਆ, ਇਸ ਮਿੱਟੀ ਨੂੰ ਬਖਸ਼ਿਆ। ਔਰ ਦੇਖ ਲਓ ਵੀ ਇਸ ਮਿੱਟੀ ਦੇ ਜਨਮੇ ਬੱਚੇ ਜਿਹੜੇ ਆ ਵਰਲਡ ਵਾਈਡ ਜਿਹੜੇ ਆ ਫੇਮ ਹੋ ਰਹੇ ਆ, ਔਰ ਮੈਡਲ ਜਿੱਤ ਕੇ ਅਤੇ ਅੱਜ ਦੁਨੀਆ ਦੇ ਸਾਹਮਣੇ ਆ। ਉਹਨਾਂ ਵਿੱਚੋਂ ਸਾਡਾ ਸਿਮਰਨਜੀਤ ਆ, ਜਿਹਨੇ ਇਹ ਸਾਰੀ ਅਚੀਵਮੈਂਟ ਕਰਕੇ ਸਾਡੇ ਬਟਾਲੇ ਦਾ, ਸਾਡੀ ਮਿੱਟੀ ਦਾ, ਸਾਡੇ ਲੋਕਾਂ ਦਾ, ਸਾਡਾ ਪੂਰਾ ਮਾਣ ਜਿਹੜਾ ਉਹ ਰੱਖਿਆ। ਸੋ ਬੜੀ ਖੁਸ਼ੀ ਆ ਜੀ, ਕਿਉਂਕਿ ਇਹ ਇੱਕ ਛੋਟੀ ਮੋਟੀ ਅਚੀਵਮੈਂਟ ਨਹੀਂ ਹੁੰਦੀ, ਵਰਲਡ ਵਾਈਡ ਇੱਕ ਨਾਂ ਹੁੰਦਾ। ਆਪਾਂ ਸਾਰੇ ਟੀ ਵੀ 'ਚ ਦੇਖਦੇ ਰਹੇ ਹਾਂ, ਸਾਰੇ ਮੈਚ ਦੇਖੇ ਆ, ਤੁਸੀਂ ਵੀ ਦੇਖੇ ਆ। ਸੋ ਬਹੁਤ ਵਧੀਆ ਫੀਲ ਹੋ ਰਿਹਾ, ਔਰ ਵਧੀਆ